ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਭਿੰਡਰ ਡੇਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕੋਟਿਆਤ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਜੀ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ, ਅੱਜ ਫੇਰ ਪਹੁੰਚੇ ਹਾਂ। ਵੀਰ ਹੋਣਾਂ ਨੇ ਟੋਟਲ 6 ਮੱਝਾਂ ਸੇਲ ਕਰਨੀਆਂ ਅਤੇ ਮੁੱਲ ਬਿਲਕੁਲ ਜਾਇਜ਼ ਕਰਨੇ ਆ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ, ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ, ਆਪਣਾ ਆ ਕੇ ਸੋਇਆ ਸੋਇਆ ਪਸ਼ੂ 2 ਟਾਈਮ ਚੋ ਕੇ ਗੱਭਣ ਪਸ਼ੂ ਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ, ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ। ਵੀਰ ਨਾਲ ਗੱਲਬਾਤ ਕਰਾਵਾਂਗੇ, ਇਹਨਾਂ ਦੀ ਡਿਟੇਲ ਲਵਾਂਗੇ। ਸਤਿ ਸ੍ਰੀ ਅਕਾਲ ਭਾਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ ਆ ਜੀ? ਵਧੀਆ ਵਧੀਆ ਭਾਜੀ, ਠੀਕ ਠਾਕ ਹੈ। ਕਿੰਨੇ ਪਹੁ ਸੇਲ ਕਰਨੇ ਜੀ? ਪਹੁ ਹੁਣ ਇਸ ਟਾਈਮ ਤੇ ਭਾਜੀ ਹਾਜ਼ਰ 6 ਆ। ਅੱਛਾ ਜੀ, ਤੇ 2 ਮੱਝਾਂ ਲਈਆਂ ਬਾਹਰ ਅਜੇ ਲਿਆਉਣ ਵਾਲੀਆਂ ਵਾ। ਠੀਕ ਆ, ਤੇ ਉਹ ਤਾਜ਼ੀਆਂ ਸੂਈਆਂ? ਹਾਂਜੀ, ਤਾਜ਼ੀਆਂ ਸੂਈਆਂ। ਇਹ ਬਾਕੀ 6 ਗੱਭਣਾ? ਗੱਭਣਾ ਤਿਆਰ ਹੀ ਆ ਵੀ, ਬਸ ਪੁੱਛਣੀ ਆ। ਟੋਟਲ 8 ਪਸ਼ੂ ਹੋ ਗਏ। ਹਾਂਜੀ, ਮਾਲ ਜਿਹੜਾ ਵਾ ਤੁਹਾਨੂੰ ਪਤਾ ਮਿਲਦਾ ਜ਼ਿਆਦਾ ਗੱਭਣਿਆਂ ਬਾਹਰੋਂ। ਹਾਂਜੀ ਹਾਂਜੀ ਹਾਂਜੀ, ਹੁਣ ਥੋੜਾ ਸੂਆ ਘੱਟ ਹੋਣ ਕਰਕੇ ਨਾ ਜੀ, ਤੇ ਗੱਭਣ ਗੁੱਭਣ ਹੀ ਲੈਣਾ ਪੈਂਦਾ ਫਿਰ। ਠੀਕ ਆ ਠੀਕ ਆ ਜੀ, ਆਪਣਾ ਐਡਰੈਸ ਦੱਸ ਦਿਓ ਭਾਜੀ। ਪਿੰਡ ਆਪਣਾ ਹੈਗਾ ਜੀ ਕੋਟਹਿਆਤ। ਹਾਂਜੀ, ਤੇ ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ ਸਾਹਿਬ। ਠੀਕ ਆ ਜੀ, ਤੇ ਨਾਮ ਕੁਲਦੀਪ ਸਿੰਘ ਆ। ਫੋਨ ਨੰਬਰ ਦੱਸ ਦਿਓ ਜੀ। 98722-3660। ਠੀਕ ਆ ਜੀ, ਸ਼ੁਰੂਆਤ ਕਰੀਏ ਪਹਿਲੇ ਨੰਬਰ ਤੇ ਫਿਰ। ਹਾਂਜੀ ਭਾਜੀ, ਪਹਿਲੇ ਨੰਬਰ ਤੇ ਆਪਾਂ ਆ ਦਿਖਾਉਣੀ ਆ, ਆ ਇਸ ਦੇ ਪਹਿਲੇ ਨੰਬਰ ਤੇ ਆ ਤਿਆਰ ਹੀ ਆ ਜੀ। ਆ ਵੇਖੋ ਜੀ, ਹਵਾਨਾ ਚੈੱਕ ਕਰ ਲਓ, ਕੱਦ ਕਾਠ ਚੰਗਾ ਇਹਦਾ, ਬਹੁਤ ਹੀ ਸੋਹਣੀ ਆ। ਆ ਵੇਖੋ, ਥਾਨ ਬੜੇ ਸੋਹਣੇ ਲੱਗੇ ਆ ਜੀ ਇਹਨੂੰ, ਥੋੜਾ ਡਰਦੀ ਆ ਸਾਡੇ ਤੋਂ। ਹਾਂਜੀ ਭਾਜੀ, ਕਿੰਨਵਾ ਸੂਆ ਇਹਦਾ? ਇਹਦਾ ਦੂਜਾ ਸੂਆ ਜੀ। ਦੂਜਾ ਸੂਆ? ਹਾਂਜੀ। ਠੀਕ ਆ, ਦਿਨ ਕਿੰਨੇ ਲੈ ਜੂਗੀ? ਦਿਨ 5-4 ਲੈ ਜੂਗੀ ਜੀ। ਠੀਕ ਆ, 5-4 ਦਿਨ ਲੈ ਜੂਗੀ। ਹਾਂਜੀ, ਤੇ ਕਿੰਨਾ ਕੁ ਦੁੱਧ ਚਵਾਇਆ ਪਹਿਲੇ ਸੂਏ? ਦੁੱਧ 10 ਕਿਲੋ ਚਵਾਇਆ ਪਹਿਲੇ ਸੂਏ। ਠੀਕ ਆ ਜੀ, ਐਰਕੀ ਹੁਣ ਕੱਦ ਵਜਨ ਪੂਰਾ ਕਰ ਗਈ ਆ ਜੀ, ਤੇ ਦੁੱਧ ਨਾਰਮਲ ਸੇਵਾ ਤੇ 12-13 ਕਿਲੋ ਜਿਹੜਾ ਚਵਾ ਜੂਗੀ। ਠੀਕ ਆ, ਬਾਕੀ ਕੱਦ ਕਾੜ ਵੀ ਚੰਗਾ, ਸਿੰਗ ਦੀ ਕੁਆਲਿਟੀ ਚੰਗੀ ਆ ਜੀ, ਕੱਦ ਕੁੱਦ ਬੜਾ। ਹਾਂਜੀ, ਤੋੜ ਦੋ ਵੀਰ ਜੀ ਇਹਨੂੰ। ਆ ਵੇਖੋ ਜੀ, ਕੱਦ ਕਾੜ ਪੂਰਾ ਚੰਗਾ, ਛੋਟੀ ਨੀਗੀ। ਆ ਵੇਖੋ ਜੀ, ਪੂਰੀ ਲੰਮੀ ਬੇਲ ਦੀ ਆ, ਥਾਨ ਬੜਾ ਸੋਹਣਾ ਲੱਗਾ, ਬੜੀ ਡਰਦੀ ਆ ਸਾਡੇ ਤੋਂ। ਆ ਵੇਖ ਸਕਦੇ, ਆ ਵੇਖੋ ਘੁਮਾ ਲਿਆ ਵੀਰ, ਥੋੜਾ ਡਰਦੀ ਆ ਸਾਡੇ ਤੋਂ। ਆ ਫੇਸਬੁੱਕ ਚੈੱਕ ਕਰ ਲਓ, ਬਹੁਤ ਸੋਹਣੀ ਆ ਜੀ, ਬਾਕੀ ਥਾਨ ਦੀ ਕੁਆਲਿਟੀ ਬਹੁਤ ਚੰਗੀ ਆ। ਆ ਵੇਖ ਸਕਦੇ ਜੀ, ਬਾਕੀ ਚੰਗਾ ਸੋਹਣਾ ਆਰਡਰ ਤਿਆਰ ਕਰੂਗੀ, ਦਿਨ 5-4 ਲੈ ਜਾਣੇ। ਹਾਂਜੀ ਭਾਈ, 5-4 ਹੀ ਜ਼ਿਆਦਾ ਖਾਂਦੇ? 5-4 ਦਿਨ ਹੀ ਖਾਂਦੇ ਆ। ਠੀਕ ਆ, ਥਾਨ ਤੁਹਾਨੂੰ ਬੜਾ ਸੋਹਣਾ ਲੱਗਾ ਜੀ। ਹਾਂਜੀ, ਬਾਕੀ ਬਟਨ ਵੀ ਲੱਗੇ ਹਵਾਨੇ ਦੇ, ਜਦੋਂ ਤਿਆਰ ਹੋ ਗਈ ਬਟਨ ਪੂਰੇ ਦਿਖਣਗੇ ਜੀ। ਆ ਵੇਖੋ ਜੀ, ਠੀਕ ਆ। ਹਾਂਜੀ ਭਾਈ, ਕਿੰਨਾ ਕਰਦੇ ਦਾ ਮੁੱਲ ਜੀ? ਵੇਖ ਲਓ ਬਾਜ਼ਾਰ ਦੇ ਹਿਸਾਬ ਨਾਲ, ਜਿੰਨਾ ਆਖੋ ਉਹਨੇ ਦੀ ਦੇ ਦਿੰਦੇ ਆ। ਬਾਜ਼ਾਰ ਦੇ ਹਿਸਾਬ ਨਾਲ ਤੇ ਚਲੋ, ਤੁਸੀਂ ਆਪਣੇ ਹਿਸਾਬ ਨਾਲ ਕਰ ਦਿਓ। ਮੁੱਲ ਦੇ ਜੀਕਰ ਦਾ ਵੀ 1,00,000 ਹੀ ਮੰਗੀਏ। ਹਾਂਜੀ, ਤੇ ਚਲੋ ਆਪਾਂ ਜਾਇਜ਼ ਹੀ ਕਰਕੇ ਦੇ ਦੇਣੀ ਆ, ਤੁਹਾਨੂੰ ਪਤਾ ਆਪਣੀ ਕਮਾਈ ਆ ਛੋਟੀ ਜੀ, ਆਪਾਂ ਨੂੰ 1,000-2,000 ਬਚ ਗਿਆ, ਆਪਾਂ ਦੇ ਦੇਣੀ ਆ ਜੀ ਜੀ ਜੀ। ਤੇ ਚਲੋ ਇਹ ਵੀ ਜੇ ਦੁਕਾਨ ਚ ਸੌਦਾ ਹੋਵੇ, ਵਿਕਦਾ ਜਾਵੇ, ਤੇ ਫੇਰ ਹੀ ਚੰਗਾ ਲੱਗਦਾ। ਬਿਲਕੁਲ ਜੀ, ਬਿਲਕੁਲ ਜੀ। ਤੇ ਜੇ ਆਖੀ ਉਹ ਉਹਨਾਂ ਦੀ ਜਿੱਦ ਕਰ ਛੱਡੀਏ, ਫੇਰ ਚੰਗੀ ਨਹੀਂ ਗੱਲ ਜੀ 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 ਜੀ। ਤੇ 90,000 ਦੀ ਦੇ ਦਾਂਗੇ, ਹੋਰ ਮਾਨਦਾਨ ਕਰ ਦਾਂਗੇ। ਕਿੰਨਾ ਕਰ ਦੋ ਮਾਨਦਾਨ? 2-3 ਹਜ਼ਾਰ ਕਰ ਦਵਾਂਗੇ। 2,000 ਦਾ ਆਜੂਗਾ? 3 ਕਰ, 3 ਦਾ ਆਜੂਗਾ। 87 ਦੀ? 85 ਦੀ ਦੇ ਦਾਂਗੇ। 85 ਦੀ? ਉਹ ਚ ਆਏਗਾ, ਇਹਨੂੰ ਫੇਰ ਛੋੜ ਕਰ ਦਿਓ। ਚਲੋ ਕਰ ਦਾਂਗੇ ਛੋੜ ਛਾੜ। ਠੀਕ ਆ, ਫੋਨ ਕਰ ਲੈ ਕੋਈ, ਫਿਕਸ ਹੋਏਗਾ। ਝੋਟੀ ਵੇਖ ਲਓ ਕਿੰਨੀ ਵੱਡੀ ਆ, ਬਾਹਰ ਲੋਕੀ ਮੁੱਲ ਬਹੁਤ ਜ਼ਿਆਦਾ ਕਰਦੇ ਆ। ਆ ਕੱਦ ਕਾਰ ਤੁਸੀਂ ਚੈੱਕ ਕਰ ਲਓ, ਬਾਕੀ ਥਾਨ ਜਿਹੜੀ ਥਾਨ ਦੀ ਕੁਆਲਿਟੀ ਨਾ ਬਹੁਤ ਸੋਹਣੀ ਆ, ਬਹੁਤ ਹੀ ਚੰਗੀ ਆ ਜੀ। ਤੇ ਥਾਨ ਥੁਣ ਓਕੇ ਸਾਰੇ? ਮੈਂ ਕੋਈ ਗੱਲ ਹੀ ਨਹੀਂ, ਬਹੁਤ ਜ਼ਿਆਦਾ ਚੋਣ ਚਾਣ ਚੰਗੀ। ਠੀਕ ਠੀਕ ਆ ਜੀ, ਬਾਕੀ ਚਲੋ ਜਿੰਨੇ ਭੈਣ ਭਰਾ ਨੇ ਪੈਸੇ ਖਰਚਣੇ, ਉਹਦਾ ਵੀ ਫਰਜ਼ ਬਣਦਾ ਤਸੱਲੀ ਕਰਕੇ। ਤਸੱਲੀ ਕਰਕੇ ਖਾਣੀ। ਠੀਕ ਆ ਜੀ, ਦੂਜੇ ਨੰਬਰ ਤੇ ਦਿਖਾਈਏ ਆਪਾਂ ਜੀ।
ਆ ਵੇਖੋ ਜੀ ਇਹਦਾ ਥਣ ਥੁਣ ਬੜਾ ਸੋਹਣਾ ਲੱਗਾ ਇਹਦਾ ਵੀ, ਇਹ ਵੀ ਚੰਗੀ ਆ ਜੀ। ਆ ਵੇਖੋ ਸਿੰਘ ਸੁੰਘ ਦੀ ਕੁਆਲਿਟੀ ਇਹਦੀ ਵੀ ਚੰਗੀ ਆ, ਫੇਸ ਦੇਖ ਚੈੱਕ ਕਰ ਲਓ ਜੀ। ਆ ਵੇਖੋ ਇਹਦਾ ਟਾਈਮ ਕਿੰਨਾ ਰਹਿੰਦਾ ਭਾਜੀ? ਇਹਨੇ ਹਫਤਾ ਲੈ ਜਾਣਾ ਭਾਜੀ, ਹਫਤਾ ਲੈ ਜਾਓ। ਹਾਂਜੀ ਠੀਕ ਹੈ। ਇਹਦਾ ਸੂਆ? ਸੂਆ ਇਹਦਾ ਦੂਜਾ ਸੂਆ ਜੀ। ਦੂਜਾ ਸੂਆ? ਦੂਜਾ ਸੂਆ। ਠੀਕ ਹੈ ਜੀ। ਦੁੱਧ ਕਿੰਨਾ ਚਵਾਇਆ ਇਹਨੇ? ਦੁੱਧ 8-9 ਕਿਲੋ ਕਹਿੰਦੇ, 8 ਕਿਲੋ ਕਹਿੰਦੇ ਚਵਾਈ ਹੈ। ਠੀਕ ਹੈ ਠੀਕ ਹੈ ਜੀ। ਸੇਵਾ ਸੂਆ ਵਿਚਾਰੇ ਜਿਹਦੇ ਕੋਲ ਲਿਆਂਦੀ ਪੱਧਰੀ ਥੋੜੀ। ਹਾਂਜੀ 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 ਠੀਕ ਹੈ। ਜਿਹੜਾ ਤੁਹਾਨੂੰ ਬੜਾ ਦੁੱਧ ਆ ਸੇਵਾ ਦਾ ਜੀ, ਜੇ ਚੰਗੀ ਸੇਵਾ ਕਰੀਏ ਤੇ ਭਾਵੇਂ ਅਸੀਂ ਕਿਸੇ ਨੂੰ 10 ਕਿਲੋ ਦਸੀਏ ਤੇ ਉਹ ਭਾਵੇਂ 12-13 ਚੋਲੇ। ਜੀ 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 ਜੀ। ਤੇ ਜੇ ਮੰਨ ਲਓ ਕਿਸੇ ਨੇ ਸੇਵਾ ਨਹੀਂ ਕਰਨੀ ਤੇ ਫਿਰ ਭਾਵੇਂ ਸਾਡੇ ਦੱਸਣ ਦੀ ਕੋਈ ਗੱਲ ਨਹੀਂ, ਅਸੀਂ ਭਾਵੇਂ ਜਿੰਨਾ ਮਰਜ਼ੀ ਦੱਸ ਦਈਏ ਤੇ ਅਗਲੇ ਦੇ ਜੇ ਸੇਵਾ ਨਹੀਂ ਕੀਤੀ ਫਿਰ ਤੇ ਚੋਇਆ ਨਹੀਂ ਜਾਣਾ। ਜੀ ਜੀ ਠੀਕ ਹੈ ਜੀ। ਤੇ ਗੱਲ ਤੇ ਸੇਵਾ ਤੇ ਆ ਸਰ। ਬਿਲਕੁਲ ਜੀ। ਤੋੜੀਏ ਇਹਨੂੰ ਭਾਜੀ, ਤੋੜ ਦੋ ਖੋਲ ਕੇ। ਆ ਵੇਖੋ ਜੀ ਬਹੁਤ ਹੀ ਸੋਹਣੀ ਆ, ਦੇ ਸਕਦੇ ਤੋੜ ਦੇ ਵੀਰ, ਤੋੜ ਦੇ। ਫੇਸ ਕੁਆਲਿਟੀ ਚੰਗੀ, ਥਾਣ ਬੜਾ ਸੋਹਣਾ, ਮੁੱਠੀ ਦੀ ਚਵਾਈ ਲੱਗਾ ਵਾ, ਹਫਤਾ ਜੇ ਲੈ ਜੂਗੀ ਜੀ, ਇੱਕ ਹਫਤਾ ਲੈ ਜੂਗੀ, ਝੋਟੀ ਚੰਗੀ ਆ ਜੀ। ਲੈ ਵੀਰ ਲੈ। ਆ ਵੇਖੋ ਜੀ ਸੋਹਣੀ ਆ ਜੀ। ਇਸ ਵਾਰ ਵੀਰ ਜੀ ਦੁੱਧ ਕਿੰਨਾ ਕਰ ਜੂਗੇ? ਦੁੱਧ ਤੇ ਭਾਜੀ 10 ਕਿਲੋ ਕਰ ਜੂਗੀ ਜੇ ਕੋਈ ਸੇਵਾ ਕਰੂ ਚੰਗੀ ਤੇ। ਜੀ ਜੀ 11 ਕਿਲੋ ਕਰ ਜੂਗੀ, ਬਾਕੀ ਚੋਣ ਚਾਣ ਬਹੁਤ ਵਧੀਆ ਨਿਕਲੂਗੀ। ਠੀਕ ਹੈ, ਬੜਾ ਚੰਗਾ ਵਾ। ਠੀਕ ਠੀਕ ਹੈ। ਚੋਣ ਚਵਾਈ ਦੀ 1 ਨੰਬਰ ਨਿਕਲੂਗੀ। ਤੇ ਮੁੱਲ ਜਾਇਜ਼ ਹੀ ਆ? ਮੁੱਲ ਵੀ ਜਾਇਜ਼ ਹੀ ਦੇ ਦੇਣੀ ਆਪਾਂ, ਤੁਹਾਨੂੰ ਪਤਾ ਹੀ ਆ ਭਾਜੀ ਕਿੰਨੇ ਕੁ ਦੀ। ਹਾਂ ਮੁੱਲ ਤੇ 70,000 2,000 ਕਰ ਦਾਂਗੇ, ਮਾਨ ਦਾ 3 ਕਰ ਦਾਂਗੇ। ਹਾਂ 65 ਹੀ ਕਰ ਦਿਓ। 65 ਹੀ ਕਰ ਦਿਓ। ਚਲੋ 65 ਹੀ ਕਰ ਦਿੰਦੇ, ਕੋਈ ਗੱਲ ਨਹੀਂ। 65 ਦੇ ਵਿੱਚ ਆਏਗਾ ਇਹਨੂੰ ਮਾਣ ਕਰ ਦਿਓ। ਕੋਈ ਨਹੀਂ ਕਰ ਦਵਾਂਗੇ, ਕਰ ਦਵਾਂਗੇ। ਠੀਕ ਹੈ, ਛੋਟ ਛਾੜ ਕਰ ਦਵਾਂਗੇ। ਬਾਕੀ ਝੋਟੀ ਚੰਗੀ ਆ, ਥਾਣ ਇੱਕ ਨਾ ਫੇਰ ਵੇਖੋ, ਥਾਣ ਬਹੁਤ ਸੋਹਣਾ ਲੱਗਾ ਵਾ, ਹਫਤਾ ਲੈ ਜੂਗੀ। ਸਿੰਘ ਦੀ ਕੁਆਲਿਟੀ ਚੰਗੀ, ਫੇਸ ਕੁਆਲਿਟੀ ਚੰਗੀ ਆ ਜੀ, ਬਹੁਤ ਸੋਹਣੀ ਝੋਟੀ ਆ। ਫੋਨ ਜ਼ਰੂਰ ਕਰ ਲਿਓ। ਬਾਕੀ ਇਹ ਵੀ ਫਿਕਸ ਨਹੀਂ ਗਾ, ਮਾਣ ਤਾਣ ਹੋਰ ਹੋ ਜੂਗਾ ਥੋੜਾ ਬਹੁਤਾ। ਆ ਤੀਜੇ ਨੰਬਰ ਤੇ ਦਿਖਾਉਣੀ ਆ ਇਹਦਾ ਥਾਣ ਥੁਣ, ਵੇਖੋ ਜੀ ਆ ਵੇਖੋ ਥਾਣ ਚੈੱਕ ਕਰੋ। ਆ ਥਾਣ ਬਹੁਤ ਸੋਹਣਾ ਲੱਗਾ, ਫੇਸ ਕੁਆਲਿਟੀ ਚੰਗੀ ਇਹਦੀ। ਇਹਦਾ ਭਾਜੀ ਸੂਆ ਕਿਨਵਾ ਜੀ? ਇਹਦਾ ਪਹਿਲਾ ਸੂਆ ਜੀ। ਅੱਛਾ ਪਹਿਲਾ ਸੂਆ, ਪਹਿਲਾ ਸੂਆ। ਠੀਕ ਹੈ ਜੀ। ਦਿਨ ਕਿੰਨੇ ਲੈ ਜੂਗੀ? ਦਿਨ ਇਹਨੇ ਹਫਤਾ ਕੁ ਲੈ ਜਾਣਾ ਵਾ ਜੀ। ਠੀਕ ਹੈ ਜੀ। ਹੁਣ ਤੇ ਤਿਆਰ ਹੀ ਆ, ਥਣ ਥੁਣ ਬਹੁਤ ਚੰਗਾ ਵਾ ਉਹਦਾ। ਹਾਂਜੀ। ਤੇ ਚਵਾਈ ਬਹੁਤ ਚੰਗੀ ਨਿਕਲੂਗੀ। ਠੀਕ ਹੈ ਜੀ। ਹਾਂਜੀ। ਤੇ ਦੁੱਧ ਕਿੰਨਾ ਕੁ ਚਵਾ ਸਕਦੀ ਆ? ਦੁੱਧ ਤਾਂ ਭਾਜੀ 8-9 ਕਿਲੋ ਕਰ ਜੂਗੀ, ਬਾਕੀ ਭਾਜੀ ਸੇਵਾ ਦਾ ਵਾ, ਸੇਵਾ ਤੁਹਾਨੂੰ ਪਤਾ ਸੇਵਾ ਦੇ ਸਿਰ ਤੇ ਹੀ ਆ ਦੁੱਧ। ਜੀ 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 ਠੀਕ ਹੈ। ਤੋੜ ਦੇ ਵੀਰ ਜੀ ਇਹਨੂੰ ਵੀ। ਹਾਂਜੀ। ਆ ਵੇਖੋ ਜੀ ਬੜੀ ਸੋਹਣੀ ਆ, ਘੁਮਾਲਾ ਵੀਰ ਘੁਮਾਲਾ, ਆ ਜਾ ਆ ਜਾ ਆ ਜਾ। ਆ ਵੇਖੋ ਜੀ ਬਾਕੀ ਇਹ ਆ ਕਿ ਸੂਆ ਪਹਿਲਾ ਸੂਆ ਸੋਹਣੀ ਆ, ਥਾਣ ਬੜਾ ਸੋਹਣਾ ਲੱਗਾ ਵਾ। ਆ ਵੇਖ ਸਕਦੇ ਘੁਮਾਲਾ ਵੀਰ। ਤੇ ਬਾਕੀ ਆਪਣੀ ਵੀਡੀਓ ਦੇ ਵਿੱਚ ਜਿੱਡਾ ਕੁ ਪਹੁ ਹੁੰਦਾ ਉੱਡਾ ਦਿਖਾਈਦਾ, ਕਦੇ ਪਹੁ ਨੂੰ ਵੱਡਾ ਕਰਕੇ ਦਿਖਾਈਦਾ, ਐ ਜਿੱਡਾ ਕੁ ਪਹੁ ਆ ਉੱਡਾ ਕੁ ਦਿਖਾਈਦਾ ਜੀ। ਬਾਕੀ ਜਿੰਨੀ ਵੀ ਝੋਟੀ ਹੈਗੀ ਪੂਰੀ ਗੋਲ ਆ ਜੀ, ਥਾਣ ਥੁਣ ਜਿਹੜਾ ਚੰਗਾ ਸੋਹਣਾ ਲੱਗਾ, ਚੱਡਾ ਚੁੱਡਾ ਚੰਗਾ ਬਣਾਉਂ ਤੇ ਲੈ। ਆ ਵੇਖੋ ਥਾਣ ਦੀ ਕੁਆਲਿਟੀ ਬਹੁਤ ਸੋਹਣੀ ਆ, ਵੇਖ ਸਕਦੇ ਆ। ਠੀਕ ਆ ਜੀ, ਹਫਤਾ ਹੀ ਖੜੂਗਾ, ਵੱਧ ਵੀ ਲੈ ਜੂ ਟਾਈਮ, ਇਹਨਾਂ ਦਾ ਹਫਤਾ ਕੀ ਖਾਣਾ, ਦਿਹਾੜੀ ਡੰਗ ਵੱਧ ਘੱਟ ਵੀ ਖੜ ਸਕਦਾ। ਬਾਕੀ ਚੰਗੀ ਸਾਹਮਣੇ ਕੋਈ ਤੇ ਦੁੱਧ ਚੰਗਾ ਵੀ ਚਵਾ ਜੂਗੀ, ਹੈ ਦੁੱਧ ਚੰਗਾ ਚਵਾ ਜੂਗੀ, ਵਧੀਆ ਚਵਾ ਜੂ, ਹੈ ਨਿੱਗਰ ਆ ਪਲੀ ਜੁੜੀ ਆ। ਹਾਂਜੀ ਸਾਂਭੀ ਆ। ਜੀ 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 ਆਵੇ ਇੰਨਾ ਕੁ ਭਾਅ ਤੇ ਬਹੁਤ ਘੱਟ ਲੱਗਦਾ ਵਾ, ਦੱਸੋ ਫੇ ਕਿੰਨਾ ਕਰਨਾ? ਇਹ 67,000 ਦੀ ਦੇ ਦਾਂਗੇ ਜੀ, ਦੌਣੇ ਕਿੰਨਾ ਵਿੱਚੋਂ ਜਿੰਨੇ ਤੁਸੀਂ ਪਿੰਡਰ ਸਾਹਿਬ ਆਖੋ ਦੱਸ ਦਿਓ। 65 ਹੀ ਕਰ ਦੋਗੇ ਫੇਰ ਤਾਂ ਵੀ।
ਚਲੋ ਇਹਦਾ ਵੀ 65 ਹੀ ਕਰ ਦਿੰਦੇ ਆਏਗਾ, ਇਹਨੂੰ ਹੋਰ ਮਾਣ ਕਰ ਦੇ ਥੋੜਾ ਕਰ ਦਾਂਗੇ, ਪਰ ਥੋੜਾ ਬਹੁਤਾ ਉਨੀ ਕੀ ਇਹ ਨਹੀਂ ਵੀ ਹੁਣ 5-10 ਹਜ਼ਾਰ ਰੱਖੂ, ਫਿਰ ਤੇ ਬਹੁਤ ਔਖਾ ਵਾ ਜੀ, ਪਰ ਥੋੜਾ ਆਪਾਂ ਵੀ ਮਾਲ ਮਿਲਦਾ ਹੀ ਜਾਂਦਾ, ਕੋਈ ਫੋਨ ਕਰ ਲੈ। ਹਾਂਜੀ ਮਗਰ ਮਾਮਾ ਵੱਡੀ ਮੱਝ ਤੇ ਹੋਣੀ, ਸਭ ਤੋਂ ਵੱਡੀ ਮੱਝ ਪਰਲੇ ਬੰਨੇ ਬੱਜੀ, ਉਹ ਵੀ ਦਿਖਾਵਾਂਗੇ। ਆ ਹੁਣ ਚੌਥੇ ਨੰਬਰ ਤੇ ਹੋਣੀ ਆ, ਇਹਦੇ ਵੀ ਸਿੰਗ ਕੁਆਲਿਟੀ ਚੰਗੀ ਆ, ਫੇ ਥਾਨ ਵੇਖੋ ਜੀ, ਆ ਵੇਖੋ ਥਾਨ ਬੜਾ ਸੋਹਣਾ ਲੱਗਾ, ਵੇਖ ਸਕਦੇ ਆ। ਇਹਦਾ ਸੂਆ ਕਿੰਨਾ ਭਾਜੀ? ਇਹਦਾ ਤੀਜਾ ਸੂਆ ਭਾਜੀ, ਤੀਜਾ ਸੂਆ ਸੂਣਾ ਇਹਨੇ ਸੂਣਾ। ਠੀਕ ਆ ਜੀ, ਦੁੱਧ ਕਿੰਨਾ ਕੁ ਚੋਇਆ ਇਹਨੇ? ਦੁੱਧ 10 ਕਿਲੋ ਆਂਦੇ ਇਹ। ਅੱਛਾ 10 ਕਿਲੋ ਚੋਇਆ ਪਹਿਲਾਂ। ਸੇਵਾ ਬੰਦੇ ਉਹ ਜਿਹੇ ਵਿਚਾਰੇ ਪੱਧਰੀ ਹੀ ਸੇਵਾ। ਦਿਨ ਕਿੰਨੇ ਲੈ ਜੂਗੀ? ਦਿਨ ਇਹਨੇ ਵੀ ਹਫਤਾ ਖੰਡ ਲੈ ਹੀ ਜਾਣਾ, ਹਫਤਾ ਖੰਡ ਲੈ ਜੂ। ਹਾਂਜੀ ਲੈ ਜਾਣਾ। ਠੀਕ ਆ ਜੀ, ਇਹਨੂੰ ਤੋੜ ਦੇ ਵੀਰ ਜੀ। ਮੈਂ ਚੰਗੀ ਉਹਦਾ ਚੋਣ ਚਵਾਈ ਦੀ ਚੰਗੀ ਨਿਕਲੂ, ਬਾਣੀ ਚੰਗੀ ਆ ਮੈਂ ਥਲਿਓ। ਠੀਕ ਠੀਕ ਆ ਜੀ, ਆ ਵੇਖੋ ਜੀ, ਆ ਵੇਖੋ ਜੀ, ਕੱਦ ਘਾਟ ਇਹਦਾ ਵੀ ਚੰਗਾ, ਤੀਜੇ ਸੂਏ ਸੋਹਣਾ ਇਹਨੇ, ਹਵਾਨਾ ਚਾਹ ਕਰ ਲਓ, ਹਫਤਾ ਜੇ ਲੈ ਜੂਗੀ, ਬਾਕੀ ਚੰਗੀ ਤਿਆਰ ਹੋਊਗੀ, ਬਣੂਗੀ ਚੰਗੀ, ਕਮਾਲ ਆ ਵੀਰ। ਆ ਵੇਖੋ ਜੀ, ਬਾਕੀ ਪੂਰੀ ਕਾਇਮ ਆ, ਲੱਸੀ ਲੱਸੀ ਨਾ ਸਮਝ ਲਿਓ ਕੋਈ, ਸੂਣ ਤੱਕ ਚੰਗੀ ਤਿਆਰ ਹੋ ਜੂ, ਹਵਾਨਾ ਚੰਗਾ ਖੋਲ ਜੂਗੀ, ਨਾੜਾ ਨੂੜਾ ਚੰਗੀਆਂ, ਪੈਪਾਂ ਵੇਖ ਲਓ। ਆ ਵੇਖੋ ਜੀ ਭਾਈ, ਨਿੱਕੇ ਨਿੱਕੇ ਦੋ ਥਣ ਲੱਗੇ, ਉਹਨਾਂ ਦਾ ਕੋਈ ਗਲਤ ਨੀ? ਉਹ ਚੱਲਦੇ ਨੀ ਗੇ, ਚੱਲਦੇ ਨੀ ਗੇ, ਹਾਂਜੀ ਚੱਲਦੇ ਨੀ ਗੇ। ਠੀਕ ਆ ਠੀਕ ਆ, ਉਹ ਤੁਹਾਨੂੰ ਪਤਾ ਸ਼ਾਂਗ ਸ਼ੁੰਗ ਵੈਸੇ ਕਈਆਂ ਦਾ। ਜੀ 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 ਜੀ, ਹਾਂਜੀ ਠੀਕ ਆ ਜੀ। ਐਵਾਰ ਦੁੱਧ ਕਿੰਨਾ ਚਵਾਉਗੀ ਇਹ? ਦੁੱਧ ਤੇ ਹੁਣ ਜਿੱਦਾਂ ਢਿੱਲਾ ਢੁੱਲਾ ਜੇ ਜੇ ਕੋਈ ਹਫਤਾ ਖੰਡ ਸੇਵਾ ਕਰ ਲੇ ਚੱਜ ਨਾਲ ਜਾ ਕੇ, ਹਾਂਜੀ, ਤੇ ਦੁੱਧ ਤੇ 12-13 ਕਿਲੋ ਚਵਾ ਜੂਗੀ। ਜੀ ਜੀ ਜੀ, ਹਾਂਜੀ, ਤੇ ਬਾਕੀ ਇਹ ਵੀ ਮੈਂ ਹਵਾਨਾ ਝੋਲਾ ਝਾਲਾ ਖੁੱਲਾ ਵਾ, ਮੈਂ ਤਾਂ ਪਾਣੀ ਪੁਣੀ ਬੜੀ ਮੈਂ ਜੀ। ਹਾਂਜੀ ਹਾਂਜੀ, ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਤੇ 70,000 ਜੇ। ਹਾਂਜੀ, ਪਰ ਨਾ 65-65 ਹੀ ਕਰ ਦਈਏ ਤਿੰਨਾਂ ਦਾ ਜੀ। ਮੈਂ ਕਹਿੰਦਾ ਮੁੱਲ ਲੱਭਣੇ ਨੀ ਭਾਈ ਜਿਹੜੇ ਤੁਸੀਂ ਕਰੀ ਜਾਂਦੇ ਆ, ਮੈਂ 65-65 ਦੀ ਤਿੰਨੇ, ਜੇ ਕਿਤੇ ਜੋੜਾ ਹੀ ਪਸੰਦ ਆ ਗਿਆ ਜਾਂ ਤਿੰਨੇ ਪਸੰਦ ਆ ਗਈਆਂ ਤਾਂ ਫੇਰ ਹੋਰ ਮਾਣ ਕਰ ਦਿਓ, ਕਰ ਦਵਾਂਗੇ ਕਰ ਦਵਾਂਗੇ, ਜੇ ਜੋੜਾ ਲਊ ਕੋਈ ਫੇਰ ਹੋਰ ਕਰ ਦਵਾਂਗੇ, ਜੇ ਨਾਲੇ ਤੁਹਾਡੇ ਇਕੱਠੇ ਪੈਸੇ ਬਣ ਜਾਣੇ ਆ ਤਾਂ ਉਹਦਾ ਕੰਮ ਬਣ ਜਾਣਾ। ਹਾਂਜੀ, ਇਹ ਹੁਣ ਭਾਅ ਤੁਹਾਨੂੰ ਪਤਾ 65 ਵਾਲਾ ਹੈ ਨਹੀਂ, 60-65। ਜੀ 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 ਜੀ, ਠੀਕ ਆ ਜੀ ਠੀਕ, 65,000 ਦੀ ਮੈਂ। ਜੇ ਜਿਹੜੀਆਂ ਸੂਈਆਂ ਉਹਨਾਂ ਦਾ ਮੁੱਲ ਜਾਰੀ ਆ? ਉਹਨਾਂ ਦਾ ਵੀ ਜਾਇਜ਼ ਜੀ। ਉਹਨਾਂ ਦਾ ਕਿੰਨਾ ਕੁ ਆ? ਚਲੋ ਕੋਈ ਨਹੀਂ ਭਾਜੀ, ਲਿਆਵਾਂਗੇ ਤੇ ਫਿਰ ਦੱਸ। ਇੰਨੇ ਕੀ ਮੁੱਲ ਵਾਲੀਆਂ? 65 ਵਾਲੀਆਂ ਆ ਵੀ? ਹਾਂਜੀ, ਇੰਨੇ ਕਾ ਵਾਲੀਆਂ ਜੀ, ਉਹ ਵੀ ਠੀਕ ਥੋੜੇ ਆ ਵੱਧ ਆ ਇਹਨਾਂ ਨਾਲੋਂ। ਠੀਕ ਠੀਕ ਠੀਕ, ਬਾਕੀ ਫੋਨ ਕਰ। ਸਿੰਘ ਸੁੰਘ ਵੀ ਚੰਗਾ, ਵੱਡੇ ਪੱਲੇ ਦੀ ਆ ਵੀ, ਕੱਦ ਘਾਟ ਦਾ ਵੀ ਚੰਗਾ ਜੀ, ਥਣਾ ਦਾ ਗੈਪ ਚੈੱਕ ਕਰ ਲਓ ਜੀ ਇਹਦਾ, ਆ ਵੇਖੋ ਥਣਾ ਦਾ ਗੈਪ, ਆ ਵੇਖ ਸਕਦੇ ਥਣ ਪੂਰਾ ਚੰਗਾ ਲੱਗਾ ਜੀ। ਇਹਦਾ ਭਾਜੀ ਸੂਆ ਕਿਨਵਾ ਜੀ? ਸੂਆ ਇਹਦਾ ਦੂਜਾ ਜੀ। ਦੂਜਾ? ਦੂਜਾ ਸੂਆ, ਦੂਜਾ ਸੂਆ ਸੋਹਣਾ। ਠੀਕ ਆ, ਸੋਹਣਾ ਦੂਜਾ ਸੂਆ। ਠੀਕ ਆ ਜੀ ਠੀਕ ਆ, ਦੁੱਧ ਕਿੰਨਾ ਚੋਇਆ ਨੇ ਪਹਿਲੇ ਸੂਏ? ਦੁੱਧ 12 ਕਿਲੋ ਚੋਇਆ। ਦਿਨ ਕਿੰਨੇ ਲੈ ਜੂਗੀ ਇਹ? ਦਿਨ ਇਹਨੇ ਵੀ 8-10 ਜੇ ਲੈ ਜਾਣਾ। 8-10 ਦਿਨ ਲੈ ਜੂਗੀ, ਲੈ ਜੂਗੀ ਲੈ ਜੂਗੀ ਇਹਨੇ। ਠੀਕ ਠੀਕ ਆ ਜੀ, ਇਹਨੂੰ ਤੋਰੀਏ ਵੀਰ ਜੀ। ਆ ਵੇਖੋ ਜੀ, ਕੱਦ ਕਾੜ ਇਹਦਾ ਚੰਗਾ, ਸੋਹਣੀ ਆ ਜੀ, ਦੂਜਾ ਸੂਆ ਸੋਹਣਾ, ਤੇ ਬਾਕੀ ਹਵਾਨਾ, ਹਵਾਨੇ ਦੇ ਢਿੱਲਾਂ ਵੇਖੋ, ਥਣਾ ਦਾ ਗੈਪ ਚੈੱਕ ਕਰ ਲਓ ਜੀ, ਚੰਗਾ ਗੈਪ ਆ, ਆ ਵੇਖ ਸਕਦੇ ਆ, ਬਹੁਤ ਹੀ ਸੋਹਣੀ ਤਿਆਰ ਹੋਣਾ ਵਾ, ਆ ਵੇਖ ਸਕਦੇ ਜੀ, ਬਾਕੀ ਪੂਰੀ ਕੈਮ ਆ, ਵੱਡੀ ਆ, ਛੋਟੀ ਨੀ ਗੀ, ਐ ਚੌੜੀ ਆ ਜੀ, ਮੰਜਾ ਡੈਂਦਾ ਉੱਤੇ ਇਹਦੇ, ਆ ਵੇਖੋ ਬੇਲ ਬਾਲ ਵੀ ਚੰਗੀ ਆ, ਤੇ ਹਵਾਨਾ ਜਿਹੜਾ ਲੱਗਾ ਇਹਨੂੰ ਬਹੁਤ ਹੀ ਸੋਹਣਾ ਵਾ ਜੀ, ਢਿੱਲਾਂ ਦੇ ਹਿਸਾਬ ਨਾਲ ਚੰਗਾ ਹਵਾਨਾ ਭਰੂਗੀ, ਵੇਖ ਸਕਦੇ ਆ। ਦਿਨ ਕਿੰਨੇ ਲੈ ਜਾਓ ਭਾਜੀ ਇਹ?
ਗੈਪ ਆ ਜਿਹੜਾ ਬਹੁਤ ਹੀ ਚੰਗਾ ਲੱਗਾ ਜੀ। ਠੀਕ ਆ ਜੀ, ਤੇ ਦੱਸੋ ਫੇਰ ਭਾਜੀ ਵੇਖ ਲੋ ਹੁਣ ਮੁੱਲ ਤੇ ਸਵਾ ਸਵਾ ਕਰੀ ਜਾਂਦੇ ਲੋਕੀ ਤੇ, ਸਵਾ ਨਾ ਕਰੋ ਤੁਸੀਂ, ਹਿਸਾਬ ਨਾ ਕਰੋ, ਜਿੱਥੇ ਦੇਣੀ ਉੱਥੇ ਦੱਸੋ। ਲੱਖ ਦੀ ਦੇ ਦੀ ਨਹੀਂ ਅੰਦਰ ਕਰ ਦੋ, 95 ਦੀ ਦੇ ਦਾਂ। ਮਾਣ ਕਿੰਨਾ ਕਰਨਾ ਉਹ ਚ? 2000 ਕਰ ਦਵਾਂਗੇ। 3 ਨਾਊ, ਚਲੋ 3 ਹੀ ਕਰ ਦਵਾਂਗੇ। 92 ਦੀ? 92 ਦੀ ਦੇ ਦਾਂ। ਫੋਨ ਕਰ ਲੈ, ਕੋਈ ਫਿਕਸ ਅਜੇ ਵੀ ਨਹੀਂ ਆ। ਚਲੋ ਕੋਈ ਨੀ, ਕਰ ਦਾਂਗੇ ਮਾਣ ਤਾਣ, ਤੁਹਾਨੂੰ ਪਤਾ ਪੈਣਾ ਲੱਗੀ ਜੇ ਭੈਣ ਭਰਾ ਦਾ ਆਏ ਤਾਂ ਮਾਣ ਤਾਣ ਕਰਨਾ ਹੀ ਪੈਂਦਾ। ਖੁੱਲਾ ਕਰ ਦਿੰਦੇ ਆ ਉਦਾਂ ਵੀ। ਠੀਕ ਹੈ, ਕੋਈ ਨੀ ਕਰ ਦਵਾਂਗੇ ਮਾਣ ਤਾਣ। ਜਿਹੜਾ ਮੁੱਲ ਝੋਟੀ ਦਾ ਕਰਦਾ ਹੋਣਾ, ਜਿੱਦਣ ਤਿਆਰ ਹੋ ਗਈ ਝੋਟੀ ਤੇ ਜਿੱਥੇ ਵੀਰ ਨੇ ਕਿਹਾ ਸਵਾ ਦੀ, ਤੇ ਸਵਾ ਤੋਂ ਸਵਾ ਦੀ ਵੀ ਜਾ ਸਕਦੀ ਹੈ ਜੀ। ਬਾਕੀ ਕੱਦ ਕਾਠ ਵੀ ਚੰਗਾ ਤੇ ਥਣਾ ਦਾ ਗੈਪ ਵੀ ਚੰਗਾ ਵੇਚ ਸਕਦੇ, ਸੋਹਣੀ ਆ ਜੀ ਜਿੰਨੀ ਵੀ ਹੈਗੀ। ਮੁੱਲ ਬਿਲਕੁਲ ਜਾਇਜ਼ ਆ ਜੀ, ਫੋਨ ਜ਼ਰੂਰ ਕਰ ਲਿਓ। ਆਹ ਦਿਖਾਉਣੀ ਵੱਡੀ ਲਾਸਟ ਤੇ, ਇਹ ਕੁਆਲਿਟੀ ਚੈੱਕ ਕਰ ਲਓ ਜੀ। ਆਹ ਵੇਖੋ ਜੀ, ਕੱਦ ਕਾਠ ਇਹਦਾ ਬਹੁਤ ਚੰਗਾ ਵਾ, ਸੋਹਣੀ ਆ, ਤੇ ਥਾਣੇ ਵੀ ਵੇਖ ਲਓ। ਆਹ ਵੇਖੋ ਜੀ, ਪੂਰਾ ਚੰਗਾ ਥਾਣ ਲੱਗਾ, ਸਿੰਘ ਸੁੰਘ ਵੀ ਸੋਹਣਾ। ਆਹ ਵੇਖੋ, ਥਾਣ ਚੈੱਕ ਕਰ ਲਓ। ਹਾਂਜੀ ਭਾਈ, ਇਹਦਾ ਸੂਆ ਕਿਰਮਾ ਜੀ, ਸੂਆ ਤੀਜੇ ਸੋਹਣਾ, ਤੀਜੇ ਸੂਏ ਸੋਹਣਾ, ਤੀਜੇ ਸੂਏ ਸੋਹਣਾ। ਠੀਕ ਆ, ਕੱਦ ਇੱਕ ਕਰਾ ਵੇਖੋ, ਚੈੱਕ ਕਰ ਲਓ ਵੀਰ ਦੇ ਬਰਾਬਰ ਹੀ ਆ। ਕੱਦ ਤੇ ਆ ਵੇਖ ਲਓ, ਮੇਰਾ 6 ਫੁੱਟ ਹਾਈਟ ਆ ਤੇ ਵੇਖ ਲਓ। ਹਾਂਜੀ ਹਾਂਜੀ ਹਾਂਜੀ, ਪੂਰੀ ਵੱਡੀ ਆ, ਬਹੁਤ ਵੱਡੀ ਮੈਂ, ਸਭ ਤੋਂ ਵੱਡੀ ਮੈਂ। ਜੀ ਜੀ ਜੀ, ਤੀਜੇ ਸੂਏ ਸੋਹਣਾ, ਦੇਣ ਕਿੰਨੇ ਲੈ ਜੂਗੀ? ਦੇਣ ਇਹਨੇ ਵੀ 8-10 ਲੈ ਜਾਣੇ ਜੀ। 8-10 ਦੇਣ ਲੈ ਜੂਗੀ, ਲੈ ਜਾਣੇ ਲੈ ਜਾਣੇ। ਚੋਣ ਚਵਾਈ ਦੀ ਬਹੁਤ ਇੱਕ ਨੰਬਰ ਹੋਊ ਜੀ। ਠੀਕ ਹੈ ਜੀ, ਤੇ ਦੁੱਧ ਕਿੰਨਾ ਚਵਾਇਆ ਇਹਨੇ ਪਹਿਲਾਂ? ਦੁੱਧ ਨੇ 16 ਕਿਲੋ ਚਵਾਇਆ ਪਹਿਲਾਂ, 16 ਕਿਲੋ ਦੁੱਧ ਚਵਾਇਆ। ਠੀਕ ਹੈ ਜੀ, 16-17 ਸਹੀ ਆ। ਤੋਰੀ ਇਹਨੂੰ, ਆ ਵੇਖੋ ਜੀ, ਵੱਡੀ ਝੋਟੀ ਆ, ਸਿੰਗ ਚੈੱਕ ਕਰ ਲਓ, ਕੱਦ ਚੈੱਕ ਕਰ ਲਓ, ਵੇਖੋ ਜੀ ਕੁਆਲਿਟੀ ਨਸਲ ਵਾਲੀ ਪੂਰੀ ਆ ਜੀ। ਥਣ ਦਾ ਗੈਪ ਵੀ ਚੰਗਾ, ਥਣ ਹੈ ਵੀ ਬਹੁਤ ਸੋਹਣਾ ਵਾ ਜੀ। ਘੁਮਾ ਲਿਆ ਵੀਰ, ਆ ਵੇਖੋ ਜੀ, ਵੇਖੋ ਜੀ ਪੂਰੀ ਵੱਡੀ ਆ ਜੀ। ਆ ਵੇਖੋ, ਬਾਕੀ ਕੱਦ ਕਾਠ ਬਹੁਤ ਚੰਗਾ ਵਾ, ਝੋਟੀ ਦਾ ਬਹੁਤ ਵੱਡਾ ਬੱਜ ਆ, ਬੜੀ ਵੱਡੀ ਆ ਮੈਂ। ਜੀ 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 ਜੀ, ਠੀਕ ਠੀਕ ਆ। ਤੇ ਇਹਦਾ ਮੁੱਲ? ਬੋਲ, ਚਲੋ ਕੋਈ ਫੋਨ ਤੇ ਕਰ ਲਾਂਗੇ ਜੇ ਪਸੰਦ। ਫੋਨ ਕਰ ਲੈ, ਜਿਹਨੂੰ ਪਸੰਦ ਹੋਵੇ ਫੋਨ ਕਰ ਲੈ, ਜਿਹਨੂੰ ਪਸੰਦ ਹੋਊਗੀ ਫਿਰ ਫੋਨ ਕਰ ਲੈ, ਫਿਰ ਕਰ ਲਵਾਂਗੇ। ਜੀ 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 ਜੀ, ਠੀਕ ਆ। ਤੇ ਕਰਨੀ ਭਾਈ ਕੋਈ ਗੱਲਬਾਤ ਹੋਰ? ਨਹੀਂ ਬਸ, ਗੱਲਬਾਤ ਇਹੋ ਹੀ, ਆਪਣੇ ਕੋਲ ਮਾਲ ਆ। ਹਾਂਜੀ, ਡੰਗਰ ਸਾਰੇ ਚੰਗੇ ਸਾਫ ਸੁਥਰੇ, ਕੋਈ ਕਿਸੇ ਦੀ ਸਾਈਡ ਸੂਟ ਨਹੀਂ ਗਈ ਹੈਗੀ ਜੀ। ਤੁਸੀਂ ਚੈੱਕ ਕੀਤੇ? ਅਗਲੇ ਚੈੱਕ ਕਰ ਲਿਆ ਅਗੇ, ਚੈੱਕ ਕਰ ਲਿਆ ਅਗੇ। ਠੀਕ, ਬਿਲਕੁਲ ਥਣ ਚੱਡੇ ਦੀਆਂ ਸਾਫ ਆ ਜੀ। ਤੇ ਚਲੋ ਜਿੰਨੇ ਵਿਚਾਰੇ ਨੇ ਪੈਸੇ ਖਰਚਣੇ, ਉਹਦਾ ਵੀ ਫਰਜ਼ ਬਣਦਾ ਵੀ ਤਸੱਲੀ ਕਰੇ ਆਪਣੀ। ਜੀ ਜੀ ਜੀ, ਬਾਕੀ ਨਾ ਵੀ ਕਰੂਗਾ, ਆਪਣੀ ਵੀ ਗਰੰਟੀ ਆ, ਕੋਈ ਗੱਲ ਨਹੀਂ ਜੀ। ਠੀਕ ਆ ਜੀ, ਜਿਹੜੇ ਵੀ ਡੰਗਰ ਦੱਸਾਂਗੇ ਬਿਲਕੁਲ ਸਹੀ ਦੱਸਾਂਗੇ। ਠੀਕ ਆ ਜੀ, ਤੇ ਰੇਟ, ਬਾਕੀ ਰੇਟ ਜਿਹੜਾ ਰੇਟ ਆਪਣਾ ਬਿਲਕੁਲ ਸਹੀ ਆ, ਕਿਉਂਕਿ ਆਪਾਂ ਵੇਚ ਦੀਦਾ ਮਾਲ, ਇੰਨਾ ਜੇ ਰੱਖੀਦਾ ਨਹੀਂਗਾ। ਜੀ ਜੀ ਹਾਂਜੀ, ਬਾਕੀ ਫੋਨ ਕਰ ਲੈ, ਜਿੰਨੇ ਫੋਨ ਕਰ ਲਿਆ ਮਾਣ ਤਾਣ ਹੋ ਜਾਊਗਾ, ਕਰ ਦਵਾਂਗੇ ਕਰ ਦਵਾਂਗੇ। ਇਧਰੋਂ ਆਪਾਂ ਨੂੰ 15 ਕਿਲੋਮੀਟਰ ਬਿਆਸ ਪੈਂਦਾ ਵਾ। ਹਾਂਜੀ, ਬਿਆਸ ਰਈਆ ਜੀ ਜੀ, ਜਾਂ ਇਧਰ ਜੇ ਅੰਬਰਸਰ ਲਾਉਣ ਕਹਿੰਦੇ ਫਿਰ ਤਰਸਿੱਕਾ ਪੈਂਦਾ ਜੀ, ਇਧਰੋਂ ਮਹਿਤਾ ਵੀ ਲਾਗੇ ਪੈਂਦਾ ਵਾ ਜੀ, ਜਾਣਕੇ ਪੈਂਦਾ। ਠੀਕ ਹੈ ਜੀ, ਕਈ ਭੈਣ ਭਰਾ ਫਿਰ ਪੁੱਛਦੇ ਰਹਿੰਦੇ ਵੀ ਕਿੱਥੇ ਕਰਾਂ, ਤੇ ਫਿਰ ਉਸ ਹਿਸਾਬ ਦੇ। ਹਾਂਜੀ ਹਾਂਜੀ, ਇਧਰੋਂ ਵੀ ਕਿਸੇ ਨੇ ਆਉਣਾ ਉਸ ਹਿਸਾਬ ਦੇ ਨਾਲ ਜੀ। ਠੀਕ ਹੈ ਜੀ, ਹਾਂਜੀ। ਤੇ ਆ ਹਾਜ਼ਰ ਜਿਹੜੀਆਂ ਇਸ ਟਾਈਮ ਤੇ 6 ਚੰਗੀਆਂ ਸੋਹਣੀਆਂ ਮੱਝਾਂ ਵਾ ਜੀ, ਤੇ ਵੀਰ ਨੂੰ ਫੋਨ ਕਰ ਲਿਓ, ਵੀਡੀਓ ਸ਼ੇਅਰ ਕਰ ਦਿਓ,
ਆ ਕੇ ਚੈੱਕ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਜੀ। ਧੰਨਵਾਦ ਜੀ।